ਸਵਾਗਤ ਹੈ ਪੀਡੀਸੀ ਨਿਊਜ਼ ਸਵੇਰ ਦੇ ਦਰਸ਼ਕਾਂ ਦਾ ਮੈਂ ਹਰਪ੍ਰੀਤ ਸਿੰਘ ਖਾਸ ਖਬਰ ਲੈ ਕੇ ਤੁਹਾਡੇ ਸਾਹਮਣੇ ਇੱਕ ਵਾਰ ਫਿਰ ਤੋਂ ਹਾਜ਼ਰ ਹਾਂ ਅੰਮਤਾਬ ਚੰਦਾ ਸ਼ੋਅ ਕੌਣ ਬਣੇਗਾ ਕਰੋੜਪਤੀ ਦੇ ਲਈ 7 ਕਰੋੜ ਦਾ ਸਵਾਲ ਵੀ ਨੌਖਾ ਨਹੀਂ ਹੁੰਦਾ ਜਿਹੜਾ ਕਾਂਗਰਸ ਨੇ ਪੰਜਾਬੀਆਂ ਦੇ ਅੱਗੇ ਇੱਕ ਸਵਾਲ ਰੱਖ ਦਿੱਤਾ ਕਿ ਪੰਜਾਬ ਦਾ ਮੁੱਖ ਮੰਤਰੀ ਕੌਣ ਹੋਵੇਗਾ ਹਰ ਵਕਤ ਹਰ ਰੋਜ਼ ਹਰ ਪਲ ਪਲ ਬਾਤਾਂ ਕਿਆਸ ਰਹੀਆਂ ਬਦਲਦੀਆਂ ਨੇ ਸੂਤਰਾਂ ਦੀਆਂ ਖਬਰਾਂ ਬਦਲਦੀਆਂ ਨੇ ਇਹ ਮੁੱਖ ਮੰਤਰੀ ਬਣੇਗਾ ਇਹ ਡਿਪਟੀ ਮੁੱਖ ਮੰਤਰੀ ਬਣੇਗਾ ਅਗਲੇ ਹੀ ਪਾਲੇ ਖਬਰ ਬਦਲ ਜਾਂਦੀ ਹੈ ਸਹਿਮਤੀ ਨਹੀਂ ਬਣ ਪਾਈ ਫਿਰ ਦੁਬਾਰਾ ਵਿਮੋਚਨ ਕੀਤਾ ਜਾ ਰਿਹਾ ਹੁਣ ਇਸ ਦੇ ਨਾਮ ਦੀ ਚਰਚਾ ਹੋ ਰਹੀ ਹੈ ਫਿਰ ਥੋੜੀ ਦਿਰ ਬਾਅਦ ਚਰਚਾ ਬਦਲ ਜਾਂਦੀ ਹੈ ਕਿ ਹੁਣ ਵਿਧਾਇਕਾਂ ਨੂੰ ਬੁਲਾ ਕੇ ਇੱਕ ਇੱਕ ਕਰਕੇ ਉਹਨਾਂ ਦੀ ਫੀਡਬੈਕ ਲਈ ਜਾ ਰਹੀ ਹੈ ਵੋਟਾਂ ਪਾਈਆਂ ਜਾ ਰਹੀਆਂ ਨੇ ਤਾਂ ਜਾ ਕੇ ਕਿਤੇ ਕੋਈ ਨਾਮ ਫਾਈਨਲ ਹੋਵੇਗਾ ਪਰ ਵੱਡਾ ਸਵਾਲ ਹਲੇ ਵੀ ਉਹੀ ਖੜਾ ਹੈ ਕਿ ਪੰਜਾਬ ਦਾ ਨਵਾਂ ਮੁੱਖ ਮੰਤਰੀ ਕੌਣ ਹੋਵੇਗਾ ਕੱਲ ਤੋਂ ਕੱਲ ਸਵੇਰ ਤੋਂ ਜੋ ਸਿਸਟਮ ਚੱਲ ਰਿਹਾ ਉਤੋਂ ਐਂ ਲੱਗਦਾ ਹੈ ਕਿ ਸ਼ਾਇਦ ਅੱਜ ਸ਼ਾਮ ਤੱਕ ਜਿਹੜੀਆਂ ਕਿਆਸ ਰਹੀਆਂ ਪਹਿਲਾਂ ਲਾਈਆਂ ਜਾ ਰਹੀਆਂ ਸੀ ਕਿ ਸੀਐਲਪੀ ਦੀ ਜੇ ਮੀਟਿੰਗ ਹੁੰਦੀ ਹੈ ਤਾਂ ਸ਼ਾਮ ਹੁੰਦੇ ਤੱਕ ਇਹ ਸਾਰੀ ਸਥਿਤੀ ਕਲੀਅਰ ਹੋ ਜਾਏਗੀ ਪਰ ਹਾਲੇ ਵੀ ਸਥਿਤੀ ਕਲੀਅਰ ਨਹੀਂ ਹੋਈ ਸਵੇਰੇ ਸਵੇਰੇ ਇੱਕ ਚਰਚਾ ਛਿੜ ਗਈ ਕਿ ਅੰਬਿਕਾ ਸੋਨੀ ਨੇ ਜੜੇ ਉਹ ਪੰਜਾਬ ਦੇ ਮੁੱਖ ਮੰਤਰੀ ਹੋ ਸਕਦੇ ਨੇ ਅੱਧੇ ਘੰਟੇ ਬਾਅਦ ਅੰਬਿਕਾ ਸੋਨੀ ਹੋਰਾਂ ਦਾ ਬਿਆਨ ਆ ਜਾਂਦਾ ਕਿ ਨਹੀਂ ਮੈਂ ਇੰਟਰਸਟਿਡ ਨਹੀਂ ਹਾਂ ਮੈਂ ਮੁੱਖ ਮੰਤਰੀ ਨਹੀਂ ਬਣਨਾ ਚਾਹੁੰਦੀ ਕਿਉਂਕਿ ਮੇਰੀ ਇਹ ਧਾਰਨਾ ਹੈ ਕਿ ਪੰਜਾਬ ਦੇ ਵਿੱਚ ਜਿਹੜਾ ਵੀ ਮੁੱਖ ਮੰਤਰੀ ਬਣੇ ਉਹ ਸਿੱਖ ਚਿਹਰਾ ਹੋਣਾ ਚਾਹੀਦਾ ਕਿਉਂਕਿ ਪੰਜਾਬ ਦੇ ਵਿੱਚ ਡੋਮੀਨੇਟਡ ਸਿੱਖਾਂ ਦੀ ਗਿਣਤੀ ਜ਼ਿਆਦਾ ਹੈ ਇਸ ਕਰਕੇ ਇੱਕ ਸਿੱਖ ਫੇਸ ਹੋਣਾ ਚਾਹੀਦਾ ਨਾਲੇ ਮੈਂ ਐਕਟਿਵ ਪੋਲਿਟਿਕਸ ਤੋਂ ਬਹੁਤ ਦੂਰ ਹਾਂ ਇਸ ਕਰਕੇ ਮੈਂ ਇਸ ਦੌੜ ਦੇ ਵਿੱਚ ਨਹੀਂ ਹਾਂ ਉਹਨਾਂ ਨੇ ਉਹ ਆਫਰ ਜਿਹੜੀ ਹੈ ਹਾਈ ਕਮਾਂਡ ਦੀ ਠੁਕਰਾ ਦਿੱਤੀ ਫਿਰ ਚਰਚਾ ਸ਼ੁਰੂ ਹੋ ਗਈ ਕਿ ਹੁਣ ਕਿਸ ਨੂੰ ਬਣਾਇਆ ਜਾਵੇ ਕਿ ਹਿੰਦੂ ਫੇਸ ਆਣਾ ਚਾਹੀਦਾ ਹੈ ਜਾਂ ਨਵਜੋਤ ਸਿੰਘ ਸਿੱਧੂ ਨੂੰ ਬਣਾਉਣਾ ਚਾਹੀਦਾ ਹੈ तमाम ਖਬਰਾਂ तमाम ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹਾਂ ਹੁਣ ਸਾਰਾ ਦਿਨ ਅੱਜ ਕੀ ਚੱਲਿਆ ਹੁਣ ਤੱਕ ਕੀ ਚੱਲ ਰਿਹਾ ਇੱਕ ਇੱਕ ਕਰਕੇ ਸਾਰੀ ਡਿਟੇਲ ਤੁਹਾਨੂੰ ਦੱਸਦਿਆਂ ਪੰਜਾਬ ਨੂੰ ਅੱਜ ਨਵਾਂ ਮੁੱਖ ਮੰਤਰੀ ਮਿਲ ਜੇਗਾ ਲਗਭਗ ਇਹ ਗੱਲ ਤਾਂ ਪੂਰੀ ਤਰ੍ਹਾਂ ਤੈਅ ਹੋ ਚੁੱਕੀ ਹੈ ਕਿ ਅੱਜ ਨਵਾਂ ਨਾਮ ਮੁੱਖ ਮੰਤਰੀ ਦਾ ਮਿਲ ਹੁਣ ਦੌੜ ਦੇ ਵਿੱਚ ਸਭ ਤੋਂ ਅੱਗੇ ਕੌਣ ਨੇ ਉਹ ਨਾਂ ਵੀ ਦੱਸ ਦਨੇ ਆ ਦੌੜ ਦੇ ਵਿੱਚ ਸੁਨੀਲ ਜਾਖੜ ਦਾ ਨਾਮ ਸਭ ਤੋਂ ਉੱਪਰ ਚੱਲ ਰਿਹਾ ਹੈ ਉਸ ਨਾਲ ਹੀ ਨਵਜੋਤ ਸਿੰਘ ਸਿੱਧੂ ਦਾ ਨਾਮ ਵੀ ਕਿਤਨਾ ਕਿਤੇ ਚੱਲ ਰਿਹਾ ਇਸ ਦੌੜ ਦੇ ਵਿੱਚ ਦੋ ਨਾਵਾਂ ਤੇ ਚਰਚਾ ਫੁੱਲ ਸਪੀਡ ਤੇ ਚੱਲ ਰਹੀ ਹੈ ਕਿ ਸੁਨੀਲ ਜਾਖੜ ਜਨਵਜੋਤ ਸਿੰਘ ਸਿੱਧੂ ਸੁਨੀਲ ਜਾਖੜ ਦੇ ਘਰ ਪੰਚਕੁਲਾ ਦੇ ਵਿੱਚ ਰੌਣਕਾਂ ਵੀ ਲੱਗਣੀਆਂ ਸ਼ੁਰੂ ਹੋ ਗਈਆਂ ਨੇ ਕੁਝ ਬਤਾਇਕ ਨੇ ਸਤਕਾਰਕੌਰ ਸੁਣੇ ਉਹ ਤਾਂ ਬੁਕੇ ਵੀ ਲੈ ਕੇ ਪਹੁੰਚ ਗਏ ਨੇ ਜਿੱਥੋਂ ਅੰਦਾਜ਼ਾ ਲਾਇਆ ਜਾ ਰਿਹਾ ਕਿ ਸ਼ਾਇਦ ਉਹਨਾਂ ਨੂੰ ਫੋਨ ਗਿਆ ਹੋਵੇ ਕਿ ਸੁਨੀਲ ਜਾਖੜ ਦੀਆਂ ਵੋਟਾਂ ਜ਼ਿਆਦਾ ਨਹੀਂ ਸੁਨੀਲ ਜਾਖੜ ਦਾ ਪਲੜਾ ਭਾਰੀ ਹੈ ਹੋ ਸਕਦਾ ਹੈ ਕਿ ਸੁਨੀਲ ਜਾਖੜ ਜਿਹੜੇ ਉਹ ਪੰਜਾਬ ਦੇ ਮੁੱਖ ਮੰਤਰੀ ਬਣਾ ਦਿੱਤੇ ਜਾਣ ਇਸੇ ਕਰਕੇ ਪਹਿਲ ਕਰਦੇ ਹੋયા ਆ ਲੱਗੇ ਹੱਥ ਮਿਲਣ ਵੀਗੇ ਤੇ ਬੁਕੇ ਵੀ ਲੈ ਕੇ ਕਿ ਵਧਾਈ ਵੀ ਨਾਲ ਹੀ ਦੇ ਦਾਂਗੇ ਇਸ ਤੋਂ ਬਾਅਦ ਚਰਚਾ ਹੋਈ ਕਿ ਦੋ ਡਿਪਟੀ ਸੀਐਮ ਵੀ ਲਾਇਆ ਜਾ ਸਕਦੇ ਨੇ ਦੋ ਡਿਪਟੀ ਸੀਮਾ ਦੇ ਵਿੱਚ ਚਰਚਾ ਇਹ ਹੁੰਦੀ ਹੈ ਕਿ ਇੱਕ ਦਲਿਤ ਲਾਇਆ ਜਾ ਸਕਦਾ ਹੈ ਇੱਕ ਸਿੱਖ ਲਾਇਆ ਜਾ ਸਕਦਾ ਹੈ ਯਾਨੀ ਕਿ ਹਿੰਦੂ ਜਿਹਾ ਸੀਐਮ ਬਣਾਇਆ ਜਾਂਦਾ ਹੈ ਦਲਿਤ ਭਾਈਚਾਰੇ ਤੋਂ ਇੱਕ ਡਿਪਟੀ ਸੀਐਮ ਬਣਾ ਦਿੱਤਾ ਜਾਂਦਾ ਹੈ ਔਰ ਇੱਕ ਜੱਟ ਸਿੱਖ ਹੈ ਜਿਹੜਾ ਉਹ ਡਿਪਟੀ ਸੀਐਮ ਬਣਾ ਦਿੱਤਾ ਜਾਂਦਾ ਸੁਖਜਿੰਦਰ ਰੰਦਾਵਾ ਦਾ ਇੱਕ ਬਿਆਨ ਅੰਦਾ ਕਿ ਸੀਐਮ ਦੀ ਦੌੜ ਦੇ ਵਿੱਚੋਂ ਮੈਂ ਬਾਹਰਾਂ ਸੀਐਮ ਦੀ ਦੌੜ ਦੇ ਵਿੱਚ ਮੈਂ ਸ਼ਾਮਲ ਨਹੀਂ ਹਾਂ ਪਰ ਕਿਸੇ ਵੇਲੇ ਕਦੋਂ ਕਿਆਸਰੀਆਂ ਬਦਲ ਜਾਣ ਇਹ ਸਿਆਸਤ ਦੇ ਵਿੱਚ ਕਿਹਾ ਨਹੀਂ ਜਾ ਸਕਦਾ ਜੇ ਆਪਣੇ ਆਪ ਨੂੰ ਸੁਖੀ ਰੰਦਾਵਾ ਸਾਈਡ ਲਾਈਨ ਕਰਦੇ ਨੇ ਇਹ ਬਤਾਰ ਸੀਐਮਓ ਨਹੀਂ ਮੰਨਦੇ ਤਾਂ ਫਿਰ ਦੋ ਨਵਾਂ ਤੇਹੀ ਚਰਚਾ ਵੱਜਣ ਦੀ ਹੈ ਇੱਕ ਸੁਨੀਲ ਜਾਖੜ ਤੇ ਦੂਜੇ ਨੇ ਨਵਜੋਤ ਸਿੰਘ ਸਿੱਧੂ ਇਸ ਤੋਂ ਇਲਾਵਾ ਖਬਰਾਂ ਵੀ ਆ ਰਹੀਆਂ ਨੇ ਕਿ ਜੇ ਦੋ ਡਿਪਟੀ ਸੀਐਮ ਦੀ ਚਰਚਾ ਹੁੰਦੀ ਹੈ ਤਾਂ ਰੰਦਾਵਾ ਤੇ ਚੰਨੀ ਦੋ ਡਿਪਟੀ ਸੀਐਮ ਬਣ ਸਕਦੇ ਨੇ ਜਿਸ ਤਰ੍ਹਾਂ ਮੈਂ ਪਹਿਲਾਂ ਕਿਹਾ ਕਿ ਇੱਕ ਦਲਿਤ ਭਾਈਚਾਰਾ ਤੋਂ ਤੇ ਇੱਕ ਜੱਟ ਸਿੱਖ ਤੋਂ ਰੰਦਾਵਾ ਨੂੰ ਗ੍ਰਹਿ ਵਿਭਾਗ ਦਿੱਤਾ ਜਾ ਸਕਦਾ ਹੈ ਸੁੱਤਰੇ ਵੀ ਮੰਦਰ ਨੇ ਜੇਕਰ ਡਿਪਟੀ ਸੀਐਮ ਉਹਨਾਂ ਨੂੰ ਬਣਾਇਆ ਜਾਂਦਾ ਤਾਂ ਉਹਨਾਂ ਨੂੰ ਗ੍ਰਹਿ ਵਿਭਾਗ ਹੈ ਜਿਹੜਾ ਉਹ ਦਿੱਤਾ ਜਾ ਸਕਦਾ ਹੈ ਕੈਪਟਨ ਦਾ ਹਾਈ ਕਮਾਂਡ ਨੂੰ ਇੱਕ ਸੁਨੇਹਾ ਗਿਆ ਕਿ ਮੇਰੇ ਖੇਮੇ ਦਾ ਧਿਆਨ ਜ਼ਰੂਰ ਰੱਖਿਆ ਜਾਵੇ ਜਦੋਂ ਵੀ ਤੁਸੀਂ ਆਪਣੀ ਕੈਬਨਿਟ ਦਾ ਵਿਸਤਾਰ ਕਰੋ ਜਦੋਂ ਵੀ ਤੁਸੀਂ ਡਿਪਟੀ ਸੀਐਮ ਸੀਐਮ ਬਣਾਓ ਤਾਂ ਮੇਰੇ ਖੇਮੇ ਦੇ ਜਿਹੜੇ ਵਿਧਾਇਕ ਨੇ ਉਹਨਾਂ ਦਾ ਧਿਆਨ ਜ਼ਰੂਰ ਰੱਖਿਆ ਜਾਵੇ ਹੁਣ ਹਾਈ ਕਮਾਂਡ ਵੱਲੋਂ ਕੱਲੇ-ਕੱਲੇ ਵਿਧਾਇਕ ਤੋਂ ਫੀਡਬ ਹੋਟਲ ਦੇ ਵਿੱਚ ਜੇ ਡਬਲਿਊ ਮੈਰਿਟ ਦੇ ਵਿੱਚ ਰਾਤ ਦੀ ਹੀ ਇਹ ਵਿਮੋਚਨ ਚੱਲ ਰਿਹਾ ਹੈ ਮंथਨ ਚੱਲ ਰਿਹਾ ਹੈ ਕਿ ਕਿਸ ਨੂੰ ਬਣਾਇਆ ਜਾਵੇ ਹੁਣ ਵਿਧਾਇਕ ਨੇ ਜਿਹੜੇ ਇੱਕ ਇੱਕ ਕਰਕੇ ਉੱਥੇ ਜਾਂਦੇ ਨੇ ਆਪਣੀ ਵੋਟ ਦੇ ਕੇ ਆਉਂਦੇ ਨੇ ਕਿਸ ਨਾਮ ਤੇ ਸਾਡੇ ਵੱਲੋਂ ਮੋਹਰ ਹੈ ਉਸ ਤੋਂ ਬਾਅਦ ਉਹ ਬਾਹਰ ਆ ਜਾਂਦੇ ਨੇ ਉਹ ਮੰਨਦੇ ਨੇ ਕਿ ਸਾਨੂੰ ਫੋਨ ਆਇਆ ਸਾਨੂੰ ਹਾਈ ਕਮਾਂਡ ਦੇ ਜੋ ਅਬਜ਼ਰਵਰ ਲਾਏ ਨੇ ਉਹਨਾਂ ਦਾ ਫੋਨ ਆਇਆ ਔਰ ਉਹਨਾਂ ਨੇ ਸਾਡੇ ਤੋਂ ਪੁੱਛਿਆ ਕਿ ਤੁਹਾਡੀ رائے ਕੀ ਹੈ ਕਿ ਕਿਸ ਨੂੰ ਸੀਐਮ ਬਣਾਉਣਾ ਚਾਹੀਦਾ ਯਾਨੀ ਕਿ ਹੁਣ ਵਿਧਾਇਕਾਂ ਤੋਂ ਪੁੱਛਿਆ ਜਾ ਰਿਹਾ ਜਿਹਦਾ ਪਲੜਾ ਭਾਰੀ ਹੋਏਗਾ ਉਸ ਨੂੰ ਸੀਐਮ ਬਣਾ ਦਿੱਤਾ ਜਾਏਗਾ ਇਸ ਤੋਂ ਇਲਾਵਾ ਪੰਚਕੋਲਾ ਸਥਿਤ ਸੁਨੀਲ ਜਾਖੜ ਦੇ ਘਰ ਵਿਧਾਇਕਾਂ ਦੀ ਗਹਿਮਗਮੀ ਵਧ ਗਈ ਹੈ ਅਗਲੇ ਇੱਕ ਘੰਟੇ ਦੇ ਵਿੱਚ ਵਿੱਚ ਪੰਜਾਬ ਦੇ ਸੀਐਮ ਦਾ ਐਲਾਨ ਕੀਤਾ ਜਾ ਸਕਦਾ ਹੈ ਇਹ ਸੂਤਰ ਨੇ ਜਿਹੜੇ ਦੱਸ ਰਹੇ ਨੇ ਔਰ ਕਾਂਗਰਸ ਦੇ ਜਿਹੜੇ ਲੀਡਰ ਨੇ ਉਹ ਵੀ ਦੱਸ ਰਹੇ ਨੇ ਕਿ ਅਗਲੇ ਇੱਕ ਘੰਟੇ ਦੇ ਵਿੱਚ ਵਿੱਚ ਹੈ ਕਾਫੀ ਚੀਜ਼ਾਂ ਨੇ ਜੜੀਆਂ ਉਹ ਕਲੀਅਰ ਹੋ ਜਾਣਗੀਆਂ ਪਰ ਜਿਹੜੇ ਮੁੱਖ ਦੌੜ ਦੇ ਵਿੱਚ ਚਾਰ ਨਾਮ ਨੇ ਮੁੱਖ ਦੌੜ ਦੇ ਵਿੱਚ ਉਹਨਾਂ ਦੇ ਵਿੱਚ ਹੀ ਇਹ ਚਾਰ ਨਾਵਾਂ ਦੇ ਵਿੱਚੋਂ ਹੀ ਕੋਈ ਸੀਐਮ ਹੋਏਗਾ ਤੇ ਕੋਈ ਦੋ ਟਿਪਟਿ ਸੀਐਮ ਹੋਣਗੇ ਸੁਨੀਲ ਜਾਖੜ ਦਾ ਨਾਮ ਸਭ ਤੋਂ ਉੱਤੇ ਹੈ ਉਸ ਦੇ ਨਾਲ ਹੀ ਨਵਜੋਤ ਸਿੰਘ ਸਿੱਧੂ ਦਾ ਇਹ ਦੋਵਾਂ ਦਾ ਨਾਮ ਸੀਐਮ ਪੋਸਟ ਦੇ ਲਈ ਸਭ ਤੋਂ ਉੱਤੇ ਹੈ ਡਿਪਟੀ ਸੀਐਮ ਦੇ ਪੋਸਟ ਦੇ ਉੱਤੇ ਸੁਖੀ ਰੰਦਾਵਾ ਔਰ ਚਰਨਜੀਤ ਚੰਨੀ ਇਹ ਦੋ ਨਾਵਾਂ ਤੇ ਚਰਚਾ ਕੀਤੀ ਜਾ ਰਹੀ ਹੈ ਕਿ ਇਹਨਾਂ ਦੋਵਾਂ ਨੂੰ ਅਸੀਂ ਡਿਪਟੀ ਸੀਐਮ ਬਣਾ ਸਕਦੇ ਹਾਂ ਇਸ ਤੋਂ ਇਲਾਵਾ ਕੈਬਨਿਟ ਦਾ ਜਿਹੜਾ ਵਿਸਤਾਰ ਹੋਏਗਾ ਉਹ ਬਾਅਦ ਵਿੱਚ ਹੋਏਗਾ ਪਰ ਸੀਐਮ ਤੇ ਡਿਪਟੀ ਸੀਐਮ ਦੀ ਚਰਚਾ ਜਿਹੜੀ ਹੈ ਉਹ ਅੱਜ ਉਸ ਤੇ ਵਿਰਾਮ ਲੱਗ ਜਾਏਗਾ ਅੱਜ ਉਹ ਫਾਈਨਲ ਹੈ ਜੜੇ ਲਗਭਗ ਕਰ ਦਿੱਤੇ ਜਾਣਗੇ ਹੁਣ ਸਵਾਲ ਇਹ ਉੱਠਦਾ ਹੈ ਕਿ ਜਦੋਂ ਇਹ ਸਾਰਾ ਕੁਝ ਹੋ ਗਿਆ ਇਹ ਸਭ ਦੇ ਵਿੱਚੋਂ ਪੰਜਾਬ ਵਾਸੀਆਂ ਨੂੰ ਕੀ ਮਿਲ ਰਹੀ ਹੈ ਪੰਜਾਬ ਦੇ ਲੋਕਾਂ ਨੂੰ ਕੀ ਮਿਲ ਰਿਹਾ ਤਾਂ ਸੋਚਣ ਵਾਲੀ ਗੱਲ ਇਹ ਹੈ ਪੰਜਾਬ ਦੇ ਲੋਕਾਂ ਨੇ ਕੁਝ ਸਵਾਲ ਜ਼ਰੂਰ ਰੱਖੇ ਨੇ ਉਹ ਸਵਾਲ ਇਹਨਾਂ ਤੋਂ ਪੁੱਛਣਗੇ ਕਿ ਇਹ ਸਵਾਲ ਤੁਹਾਡੇ ਕੀ ਨੇ ਹੁਣੇ-ਹੁਣੇ ਅੰਬਿਕਾ ਸੋਨੀ ਵੀ ਜੜੇ ਨੇ ਉਹ ਰਾਹੁਲ ਗਾਂਧੀ ਨੂੰ ਮਿਲਣ ਲਈ ਪਹੁੰਚੇ ਨੇ ਉੱਥੇ ਉਹਨਾਂ ਨੇ ਇੱਕ ਵਾਰ ਫਿਰ ਤੋਂ ਕਲੀਅਰ ਕਰ ਦਿੱਤਾ ਕਿ ਮੈਂ ਇਸ ਦੌੜ ਦੇ ਵਿੱਚੋਂ ਬਾਹਰ ਆ ਕਿਉਂਕਿ ਮੈਂ 50 ਸਾਲ ਤੋਂ ਲਗਾਤਾਰ ਇਹ ਕਹਿ ਰਹੀ ਹਾਂ ਕਿ ਪੰਜਾਬ ਦੇ ਵਿੱਚ ਸਿੱਖ ਚਿਹਰਾ ਜਿਹੜਾ ਉਹੀ ਮੁੱਖ ਮੰਤਰੀ ਹੋਣਾ ਚਾਹੀਦਾ ਹੁਣ ਗੱਲ ਕਰਦੇ ਹਾਂ ਮੁੜ ਕੇ ਉਸੇ ਗੱਲ ਦੀ ਕਿ ਸਵਾਲ ਕੀ ਨੇ ਤੁਹਾਨੂੰ ਸਵਾਲ ਸਮਝਾਣੇ ਆ ਸਕਰੀਨ ਤੇ ਪੰਜਾਬ ਦੇ ਨਵੇਂ ਮੁੱਖ ਮੰਤਰੀ ਤੋਂ ਪੰਜਾਬ ਵਾਸੀਆਂ ਦੇ ਕੁਝ ਸਵਾਲ ਨੇ ਉਹਨਾਂ ਦਾ ਜਵਾਬ ਉਹਨਾਂ ਨੂੰ ਦੇਣਾ ਪਏਗਾ ਜਿਹੜਾ ਵੀ ਮੁੱਖ ਮੰਤਰੀ ਬਣੇਗਾ ਉਸ ਨੂੰ ਇਹਨਾਂ ਸਵਾਲਾਂ ਦਾ ਜਵਾਬ ਦੇਣਾ ਹੀ ਪਵੇਗਾ ਕੈਪਟਨ ਬਰਿੰਦਰ ਸਿੰਘ ਇਸ ਕਰਕੇ ਹਟਾਏ ਗਏ ਕਿਉਂਕਿ ਉਹਨਾਂ ਨੇ ਵਾਅਦੇ ਪੂਰੇ ਨਹੀਂ ਕੀਤੇ ਕੀ ਨਵਾਂ ਮੁੱਖ ਮੰਤਰੀ ਸਾਰੇ ਵਾਅਦੇ ਪੂਰੇ ਕਰੇਗਾ ਸਾਰੇ ਵਿਧਾਇਕਾਂ ਨੇ ਇੱਕ ਸੁਰਤਾ ਦੇ ਵਿੱਚ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਜੋ ਵਾਅਦੇ ਪੰਜਾਬ ਦੀ ਜਨਤਾ ਨਾਲ ਕੀਤੇ ਸੀ ਉਹ ਪੂਰੇ ਨਹੀਂ ਹੋਏ ਇਸ ਕਰਕੇ ਉਹਨਾਂ ਨੂੰ ਹਟਾਇਆ ਜਾਂਦਾ ਤੇ ਹੁਣ ਜਿਹੜਾ ਨਵਾਂ ਮੁੱਖ ਮੰਤਰੀ ਲੱਗੇਗਾ ਕੀ ਉਹ ਸਾਰੇ ਵਾਅਦੇ ਪੂਰੇ ਕਰੇਗਾ ਇਹ ਇੱਕ ਵੱਡਾ ਸਵਾਲ ਜ਼ਰੂਰ ਖੜਾ ਹੁੰਦਾ ਨਵਜੋਤ 3 ਰੁਪਏ ਯੂਨਿਟ ਬਿਜਲੀ ਨਹੀਂ ਹੋ ਸਕਦੀ ਸੀ ਕਿ ਹੁਣ 3 ਰੁਪਏ ਪ੍ਰਤੀ ਯੂਨਿਟ ਨਵਜੋਤ ਸਿੰਘ ਸਿੱਧੂ ਪੰਜਾਬ ਦੇ ਵਸਨੀਕਾਂ ਨੂੰ ਕਰਕੇ ਦੇਣਗੇ ਕਿਉਂਕਿ ਲਗਾਤਾਰ ਉਹ ਆਪਣੇ ਭਾਸ਼ਣਾਤ ਵਿੱਚ ਕਹਿੰਦੇ ਕਿ ਜਦੋਂ ਸਾਡੀ ਸਰਕਾਰ ਬਣੀ ਜਦੋਂ ਅਸੀਂ ਸੱਤਾ ਦੇ ਵਿੱਚ ਆਏ ਤਾਂ 3 ਰੁਪਏ ਪ੍ਰਤੀ ਯੂਨਿਟ ਦੇਵਾਂਗੇ ਹੁਣ ਕੋਈ ਅੜੀਕਾ ਨਹੀਂ ਹੈ ਨਵਜੋਤ ਸਿੰਘ ਸਿੱਧੂ ਦੀ ਸਲਾਹ ਦੇ ਨਾਲ ਹੀ ਨਜੜੀ ਹੈ ਨਵੀਂ ਸਰਕਾਰ ਨਵੀਂ ਕਿਰਬੰਦੀ ਕੀਤੀ ਜਾ ਰਹੀ ਹੈ ਨਵੀਂ ਕੈਬਨਿਟ ਬਣਾਈ ਜਾ ਰਹੀ ਹੈ ਇਸ ਕਰਕੇ ਨਵਜੋਤ ਸਿੰਘ ਸਿੱਧੂ ਤੋਂ ਵੀ ਇਹ ਸਵਾਲ ਪੁੱਛਿਆ ਜਾਏਗਾ ਕਿ ਕਿਸਾਨਾਂ ਦਾ ਮੁਕੰਮਲ ਕਰਜ਼ਾ ਮਾਫ਼ ਹੋ ਪਾਏਗਾ ਕਿਉਂਕਿ ਇਹ ਤਾਂ ਕਹਿੰਦੇ ਸੀ ਕਿ ਕੈਪਟਨ ਮਰਿੰਦਰ ਸਿੰਘ ਨੇ ਵਾਅਦਾ ਕੀਤਾ ਜਿਸ ਦੀ ਜਵਾਬ ਦੇਈ ਹੈ ਪੂਰੀ ਕੈਬਨਿਟ ਦੀ ਹੋएगी ਪੂਰੀ ਸਰਕਾਰ ਦੀ ਹੋएगी ਕਿ ਸੜਕਾਂ ਤੇ ਰੁੱਲਦੇ ਬੇਰੁਜ਼ਗਾਰਾਂ ਨੂੰ ਨੌਕਰੀ ਮਿਲ ਪਾਏਗੀ ਇਹ ਵੀ ਇੱਕ ਵੱਡਾ ਸਵਾਲ ਹੈ ਕਿ ਕੱਚੇ ਮੁਲਾਜ਼ਮ ਪੱਕੇ ਕਿਤੇ ਜਾਣ ਕੇ ਇਹ ਸਾਰੇ ਵਾਅਦੇ ਕੈਪਟਨ ਬਰਿੰਦਰ ਸਿੰਘ ਨੇ ਕੀਤੇ ਸੀਗੇ ਔਰ ਸਾਰੀ ਕੈਬਨਿਟ ਦਾ দায়ਦਤਵਤ ਬਣਦਾ ਸੀਗਾ ਕਿ ਇਹ ਵਾਦੇ ਪੂਰੇ ਕੀਤੇ ਜਾਂਦੇ ਪਰ ਇਹ ਵਾਦੇ ਪੂਰੇ ਨਹੀਂ ਹੋਏ ਹੁਣ ਜਦੋਂ ਨਵਾਂ ਮੁੱਖ ਮੰਤਰੀ ਬਣੇਗਾ ਨਵੀਂ ਕੈਬਨਿਟ ਚੁਣੀ ਜਾਏਗੀ ਉਹਨਾਂ ਅੱਗੇ ਵੀ ਇਹ ਸਾਰੇ ਸਵਾਲ ਕੀਤੇ ਜਾਣਗੇ ਇਹ ਸਾਰੇ ਸਵਾਲ ਉਹਨਾਂ ਅੱਗੇ ਵੀ ਆਣਗੇ ਕਿ ਕੀ ਇਹਨਾਂ ਦਾ ਜਵਾਬ ਤੁਹਾਡੇ ਕੋਲ ਹੈ ਜਾਂ ਨਹੀਂ ਨਵਜੋਤ ਸਿੰਘ ਸਿੱਧੂ ਸਾਹਮਣੇ ਹੁਣ ਕੋਈ ਅੜੀਕਾ ਨਹੀਂ ਕਿ ਪੰਜਾਬ ਵਾਸੀਆਂ ਨੇ ਕੀਤੇ ਕਾਂਗਰਸ ਦੇ ਵਾਦੇ ਹੁਣ ਪੂਰੇ ਹੋਣਗੇ ਇਹ ਪੰਜਾਬ ਦੀ ਜਨਤਾ ਸਵਾਲ ਜ਼ਰੂਰ ਪੁੱਛੇਗੀ ਕਿਉਂਕਿ ਜਿਹੜੇ ਸਿਆਸੀ ਮਾਹਰ ਨੇ ਜਾਂ ਪੋਲਿਟਿਕਲ ਪਾਰਟੀਆਂ ਨੇ ਇਹ ਇਲਜ਼ਾਮ ਕਾਂਗਰਸ 'ਤੇ ਲਗਾਤਾਰ ਲਾਂਦਿਆ ਨਹੀਂ ਕਿ ਕਾਂਗਰਸ ਨੇ ਏਦ ਮੁਕਾਬਲੇ 2 ਟੀਮ ਖੜੀ ਕਰ ਦਿੱਤੀ ਕਿ ਏ ਨੇ ਆਪਣੇ ਵਾਅਦੇ ਪੂਰੇ ਨਹੀਂ ਕੀਤੇ ਹੁਣ 2 ਟੀਮ ਨੂੰ ਅਕੇ ਲਾਂਦਾ ਜਾ ਰਿਹਾ ਕਿ ਏ ਟੀਮ ਸਾਡੀ ਫੇਲ ਹੋਗੀ ਇਸ ਕਰਕੇ ਕੈਪਟਨ ਮਰਿੰਦਰ ਸਿੰਘ ਨੂੰ ਅਸੀਂ ਹਟਾ ਦਿੱਤਾ ਸਾਰੇ ਦਾ ਸਾਰਾ ਠੀਕਰਾ ਕੈਪਟਨ ਮਰਿੰਦਰ ਸਿੰਘ ਦੇ ਸਿਰ ਭੰਨਿਆ ਜਾ ਰਿਹਾ ਜੋ ਵਾਅਦੇ ਕੀਤੇ ਸੀ ਉਹ ਪੂਰੇ ਨਹੀਂ ਹੋਏ ਉਹਦੀ ਜਵਾਬਦੇਹੀ ਹੈ ਸਿਰਫ ਕੈਪਟਨ ਮਰਿੰਦਰ ਸਿੰਘ ਦੀ ਹੈ ਕਿ ਉਹਦੀ ਜਵਾਬਦੇਹੀ ਹਾਈ ਕਮਾਂਡ ਦੀ ਨਹੀਂ ਹੈ ਵਾਦੇ ਜਿਹੜੇ ਕੀਤੇ ਗਿਆ ਹਾਈ ਕਮਾਂਡ ਤੋਂ ਪੁੱਛੇ ਬਿਨਾਂ ਨਹੀਂ ਕੀਤੇ ਜਾ ਸਕਦੇ ਕਿ ਉਸ ਦੀ ਜਵਾਬ ਦੇਈ ਹੈ ਪੂਰੀ ਕੈਬਨਿਟ ਦੀ ਨਹੀਂ ਹੈ ਉਹ ਕੈਬਨਿਟ ਜਿਹੜੀ ਕੈਪਟਨ ਮਰਿੰਦਰ ਸਿੰਘ ਦੇ ਨਾਲ 4.5 ਸਾਲ ਲੱਗੀ ਰਹੀ ਇਹ ਸਵਾਲ ਬੜੇ ਵੱਡੇ ਨੇ ਜਿੰਨਾਂ ਦਾ ਜਵਾਬ ਦੇਣਾ ਪਏਗਾ ਅਗਲੇ 1 ਘੰਟੇ ਦੇ ਵਿੱਚ ਵਿੱਚ ਇਹ ਦਾਵਾ ਕੀਤਾ ਜਾ ਰਿਹਾ ਹੈ ਅਗਲੇ 1 ਘੰਟੇ ਦੇ ਵਿੱਚ ਵਿੱਚ ਤਸਵੀਰ ਸਾਫ਼ ਹੋ ਜਾਏਗੀ ਪੰਜਾਬ ਦਾ ਨਵਾਂ ਮੁੱਖ ਮੰਤਰੀ ਕੌਣ ਹੋਏਗਾ ਉਸ ਤੇ ਮੋਹਰ ਲੱਗ ਜੇਗੀ ਚਾਰ ਨਾਵਾਂ ਤੇ ਚਰਚਾ ਚੱਲ ਰਹੀ ਹੈ ਜਿਨ੍ਹਾਂ ਦੇ ਵਿੱਚ ਦੋ ਡਿਪਟੀ ਸੀਐਮ ਦੋ ਸੀਐਮ ਦੇ ਨਾਵਾਂ ਦੀ ਚਰਚਾ ਚੱਲ ਰਹੀ ਹੈ ਨਵਜੋਤ ਸਿੰਘ ਸਿੱਧੂ ਤੇ ਉਸ ਤੋਂ ਇਲਾਵਾ ਸੁਨੀਲ ਜਾਖੜ ਇਹਨਾਂ ਦੋਵਾਂ ਦੇ ਨਾਮ ਦੀ ਚਰਚਾ ਜਿਹੜੀ ਉਹ ਚੱਲ ਰਹੀ ਹੈ ਇਸ ਤੋਂ ਇਲਾਵਾ ਦੋ ਡਿਪਟੀ ਸੀ ਡਿਪਟੀ ਸੀਐਮ ਦੇ ਨਾਵਾਂ ਦੀ ਵੀ ਚਰਚਾ ਚੱਲ ਰਹੀ ਹੈ ਜੇਕਰ ਕਿਸੇ ਹਿੰਦੂ ਨੂੰ ਮੁੱਖ ਮੰਤਰੀ ਬਣਾਇਆ ਜਾਂਦਾ ਤਾਂ ਡਿਪਟੀ ਸੀਐਮ ਇੱਕ ਦਲਿਤ ਪਾਈਚਾਰਾ ਦਾ ਤੇ ਇੱਕ ਜੱਟ ਸਿੱਖ ਹੋ ਸਕਦਾ तमाम ਜਾਣਕਾਰੀਆਂ तमाम ਖਬਰਾਂ ਲੈ ਕੇ ਜਲਦ ਹਾਜ਼ਰ ਹੋਵਾਂਗੇ ਤਦ ਤੱਕ ਲਿਜਾਜ਼ਤ ਦਿਓ ਧੰਨਵਾਦ